ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ YouTube ਚੈਨਲ ਤੇ ਤੇ ਲੈ ਕੇ ਆਪਾਂ حاضر ਹੋਏ ਹਾਂ ਜੀ ਉਸ ਵਲੇ ਦੀ ਵੱਡੀ ਖਬਰ ਹੁਣੇ-ਹੁਣੇ ਆ ਗਈ ਵੱਡੀ ਖਬਰ ਜੀ ਭਗਵੰਤ ਸਿੰਘ ਮਾਨ ਦੀ 600 ਯੂਨਿਟ ਮੁਫਤ ਬਿਜਲੀ ਨੇ ਘਰਾਂ ਦੇ ਵਿੱਚ ਪਵਾਤਾ ਪਾੜਾ ਹੁਣ ਪੈ ਗਿਆ ਇਹੇ ਪੰਗਾ ਬਹੁਤ ਹੀ ਵੱਡੀ ਖਬਰ ਹੈ ਸਰੋਤੇ ਵੀਰੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਇੱਕ ਨਿੱਕੀ ਜਿਹੀ ਬੇਨਤੀ ਹੈ ਕਿ ਜਿੰਨਾ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤਾਂ ਜੋ ਇਸੇ ਤਰ੍ਹਾਂ ਦੀ ਹਰ ਇੱਕ ਤਾਜ਼ਾ ਤੇ ਹਰ ਇੱਕ ਵੱਡੀ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਇਸੇ ਚੈਨਲ ਤੇ ਮਿਲ ਜਾਇਆ ਕਰੇ ਸੋ ਦੋਸਤੋ ਇਸ ਵਕਤ ਦੀ ਬਹੁਤ ਹੀ ਵੱਡੀ ਖਬਰ ਲੈ ਕੇ ਪੇਸ਼ ਹੋਏ ਹਾਂ ਜੀ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਪ੍ਰਾਪਤ ਕਰਨ ਦੀ ਉ ਹਜ਼ਾਰਾਂ ਘਰੇਲੂ ਖਪਤਕਾਰਾਂ ਨੇ ਆਪਣੇ ਘਰਾਂ ਦੇ ਵਿੱਚ ਲਗਾਏ ਸਿੰਗਲ ਮੀਟਰ ਨੂੰ ਦੋ ਜਾਂ ਵਧੇਰੇ ਵੱਖਰੇ ਮੀਟਰਾਂ ਵਿੱਚ ਵੰਡਣ ਦੇ ਲਈ ਪੀਐਸ ਪੀਸੀਐਲ ਦਫ਼ਤਰਾਂ ਵਿੱਚ ਅਰਜ਼ੀਆਂ ਜਮ੍ਹਾਂ ਕਰਵਾਈਆਂ ਹਨ ਜ्यादातर ਅਰਜ਼ੀਆਂ 'ਚ ਵੱਖਰੀਆਂ ਮੰਜ਼ਿਲਾਂ ਜਾਂ ਪਰਿਵਾਰ ਵਿੱਚ ਵੰਡ ਦਾ ਹਵਾਲਾ ਦਿੱਤਾ ਗਿਆ ਹੈ ਪੀਐਸ ਪੀਸੀਐਲ ਦੇ ਉੱਚ ਪੱਧਰੀ ਸੂਤਰਾਂ ਦੇ ਅਨੁਸਾਰ ਪਾਵਰ ਕਾਮ ਨੂੰ 1 ਮਈ ਤੋਂ ਹੁਣ ਤੱਕ ਅਜਿਹੀਆਂ 36000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਸੂਤਰਾਂ ਨੇ ਦੱਸਿਆ ਹੈ ਕਿ ਲਗਭਗ 38000 ਨੂੰ ਮਨਜ਼ੂਰੀ ਦਿੱਤੀ ਗਈ ਹੈ ਜਦੋਂ ਕਿ 10000 ਦੇ ਕਰੀਬ ਰੱਦ ਕਰ ਦਿੱਤੀਆਂ ਗਈਆਂ ਨੇ ਪੀਐਸਪੀਸੀਐਲ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ 5300 ਜਹੀਆਂ ਦਰਖਾਸਤਾਂ ਦਰਜ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਤਰਨਤਾਰਨ ਤੋਂ 5000 ਅਰਜ਼ੀਆਂ ਦਿੱਤੀਆਂ ਗਈਆਂ ਹਨ ਪੀਐਸਪੀਸੀਐਲ ਦੇ ਅਧਿਕਾਰੀ ਅਜੇ ਵੀ ਮਾਨਸਾ ਤੋਂ ਪ੍ਰਾਪਤ ਹੋਈਆਂ ਦਰਖਾਸਤਾਂ ਤੇ ਕਾਰਵਾਈ ਕਰ ਰਹੇ ਨੇ ਜਦਕਿ ਤਰਨਤਾਰਨ ਵਿੱਚੋਂ 3300 ਦੇ ਕਰੀਬ ਅਰਜ਼ੀ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਮੁਕਸਰ ਦੇ 2500 ਤੋਂ ਵੱਧ ਸੰਗਰੂਰ ਦੇ 1452 ਅਤੇ ਮੁਹਾਲੀ ਦੇ 1406 ਲੋਕਾਂ ਨੇ ਮੀਟਰ ਮੰਡੰਦ ਲਈ ਅਪਲਾਈ ਕੀਤਾ ਹੈ ਸੂਤਰਾਂ ਨੇ ਅੱਗੇ ਦੱਸਿਆ ਹੈ ਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਬਿਨੇਕਰ ਇਹ ਦਲੀਲ ਦੇ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਦੂਰ ਸੁਈਆਂ ਹਨ ਅਤੇ ਇਸ ਲਈ ਵੱਖਰੇ ਮੀਟਰਾਂ ਦੀ ਲੋੜ ਹੈ ਕਈ ਮੌਕਿਆਂ ਤੇ ਬਿਨੇਕਰਾਂ ਨੇ ਬਿਜਲੀ ਦਾ ਹਵਾਲਾ ਦਿੱਤਾ ਹੈ ਕਿ ਉਹ ਆਪਣੇ ਜੀਵਨ ਸਾਥੀ ਤੋਂ ਵੱਖ ਹੋ ਗਏ ਹਨ ਅਤੇ ਵੱਖ-ਵੱਖ ਮੰਜ਼ਲਾਂ ਤੇ ਰਹਿੰਦੇ ਹਨ ਜਿਸ ਦੇ ਲਈ ਵੱਖੇ ਵੱਖਰੇ ਮੀਟਰ ਦੀ ਲੋੜ ਹੁੰਦੀ ਹੈ ਸੋ ਇਹ ਸੀ ਜੀਸ ਵਾਲੇ ਦੀ ਵੱਡੀ ਖਬਰ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ